ਤੁਹਾਡੇ ਨਾਲ ਰੂਬਰੂ ਹੋਏ ਹਾਂ ਅੱਜ। ਗੱਲ ਕਰਨੀ ਆ ਪੰਜਾਬ ਬਾਰੇ, ਸਾਡੀ ਹੋਂਦ ਬਾਰੇ। ਮੈਂ ਜਦੋਂ ਹਮੇਸ਼ਾ ਕਹਿੰਦਾ ਹੁੰਦਾ ਵੀ ਕਸ਼ਮੀਰ ਤੋਂ ਬਾਅਦ ਪੰਜਾਬੀਆਂ ਦਾ ਨੰਬਰ 2 ਲੱਗ ਗਿਆ। ਕਿਵੇਂ ਲੱਗ ਗਿਆ? ਸਾਨੂੰ ਆ ਕਿਸਾਨੀ ਆਡੀਅੰਸ ਦੇ ਥਰੂ ਸਾਡੀ ਮਿੱਟੀ ਨਾਲੋਂ ਖੋਰਿਆ ਜਾ ਰਿਹਾ, ਸਾਡੇ ਪਿੰਡਾਂ ਨਾਲੋਂ ਖੋਰਿਆ ਜਾ ਰਿਹਾ। ਸਾਡੇ ਜੇ ਅਸੀਂ ਗ੍ਰੰਥਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਜਿਹੜੇ ਸਿੱਖ ਫਲਸਫੇ ਨੂੰ ਜਾਂ ਪੰਜਾਬੀ ਫਲਸਫੇ ਨੂੰ ਖੋਰਿਆ ਜਾ ਰਿਹਾ, ਉਹਨੂੰ ਮੰਧੋਲਿਆ ਜਾ ਰਿਹਾ ਜਾਂ ਉਹਨੂੰ ਡਿਮਿਨਿਸ਼ ਕੀਤਾ ਜਾ ਰਿਹਾ। ਹੁਣ ਗੱਲ ਇਹ ਆ ਵੀ ਇਹ ਦੋਨੇ ਗੱਲਾਂ ਆਪਸ 'ਚ ਰਿਲੇਟਡ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਮੈਂ ਕੁਛ ਅੱਜ ਆਪਦੀ ਸਟੱਡੀ ਕੀਤੀ ਸੀ, ਕੁਛ ਨੋਟਸ ਬਣਾਏ ਸੀ। ਜਦੋਂ ਮੈਂ ਕਹਿੰਦਾ ਪੰਜਾਬ ਦੀ ਜਾਂ ਪੰਜਾਬੀਆਂ ਦੀ ਹੋਂਦ ਦੀ ਲੜਾਈ ਆ, ਜਿਹਦੇ ਸਾਰੇ ਵਰਗ ਇਹਦੇ 'ਚ ਆ ਜਾਂਦੇ ਆ, ਕਿਵੇਂ ਸਾਡੇ ਹੋਂਦ ਦੀ ਲੜਾਈ ਆ। ਦੇਖੋ, ਪੰਜਾਬ ਨੂੰ ਕਿਸਾਨੀ ਤੋਂ ਬਿਨਾਂ ਜਾਂ ਪੰਜਾਬ ਨੂੰ ਸਿੱਖੀ ਤੋਂ ਬਿਨਾਂ ਕਲਪਿਆ ਵੀ ਨਹੀਂ ਜਾ ਸਕਦਾ। ਪੰਜਾਬ ਦੇ ਸਮਾਜਿਕ ਬਣਤਰ ਨੂੰ ਕਿਸਾਨੀ ਜਾਂ ਸਿੱਖੀ ਤੋਂ ਬਿਨਾਂ ਨਹੀਂ ਕਲਪਿਆ ਜਾ ਸਕਦਾ। ਸਾਨੂੰ ਸਾਰਿਆਂ ਨੂੰ ਪਤਾ, ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਵੀ ਪੰਜਾਬ ਦੀ ਸੱਭਿਅਤਾ ਰਚਣ 'ਚ, ਪੰਜਾਬ ਦੇ ਸਮਾਜਿਕ ਬਣਤਰ ਨੂੰ ਰਚਣ 'ਚ ਬਹੁਤ ਵੱਡਾ ਯੋਗਦਾਨ ਆ। ਉਵੇਂ ਕਿਸਾਨੀ ਦਾ ਬਹੁਤ ਵੱਡਾ ਯੋਗਦਾਨ ਆ, ਕਿਉਂਕਿ ਅਸੀਂ ਮਿੱਟੀ ਨਾਲ ਜੁੜੇ ਹੋਏ ਲੋਕ ਹਾਂ, ਆਪਦੇ ਪਿੰਡਾਂ ਨਾਲ ਜੁੜੇ ਹੋਏ ਲੋਕ ਹਾਂ। ਅਤੇ ਜਦੋਂ ਸਾਨੂੰ ਸਾਡੀ ਮਿੱਟੀ ਤੋਂ ਅਤੇ ਸਾਡੇ ਪਿੰਡਾਂ ਤੋਂ ਖੋਰਿਆ ਜਾਂਦਾ, ਸਾਡਾ ਬੜਾ ਕੁਛ ਖੁਰ ਜਾਂਦਾ, ਇਹ ਸਾਨੂੰ ਸਾਰਿਆਂ ਨੂੰ ਪਤਾ। ਪਰ ਹੁਣ ਅਸਲ ਜਿਹੜੀ ਗੱਲ ਕਰਦੇ ਹਾਂ ਨਾ ਵੀ ਸਰਕਾਰਾਂ ਦੀਆਂ ਮਾਰੂ ਨੀਤੀਆਂ ਜਾਂ ਸਰਕਾਰਾਂ ਕੰਮ ਕਿਵੇਂ ਕਰਦੀਆਂ, ਅੱਜ ਆਪਾਂ ਇਹਦੀ ਗੱਲ ਕਰਦੇ ਹਾਂ। ਸਰਕਾਰਾਂ ਕੰਮ ਐਂ ਕਰਦੀਆਂ, ਪ੍ਰੋਪੋਗੰਡਾ ਪੋਲੀਟਿਕਸ ਕਰਦੀਆਂ, ਸਪੈਸ਼ਲੀ ਅੱਜ ਦੀ ਜਿਹੜੀ ਸਰਕਾਰ ਆ BJP ਅਤੇ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਬੈਠੀਆਂ ਇਸ ਵੇਲੇ ਸਾਡੇ ਹੁਕਮਰਾਨ, ਉਹ ਪ੍ਰੋਪੋਗੰਡਾ ਪੋਲੀਟਿਕਸ ਕਰਦੇ ਆ। ਤੁਸੀਂ ਇਹ ਦੇਖੋ ਆ ਨੈਸ਼ਨਲ ਮੀਡੀਆ ਦੇ ਥਰੂ, ਜਾਂ ਅਰਨਵ ਗੋਸਵਾਮੀ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਆ, ਉਹਨੂੰ ਕੋਈ ਫਰਕ ਨਹੀਂ ਪੈਂਦਾ ਪਤੰਤਰ ਨੂੰ, ਲੋਕਾਂ ਨੂੰ ਕੁਛ ਭੁੱਖੇ ਮਰੀ ਜਾਣ, ਉਹਨਾਂ ਨੂੰ ਕੁਛ ਖਾਣ ਨੂੰ ਰੋਟੀ ਮਿਲੇ ਕਿ ਨਾ ਮਿਲੇ, ਨੌਕਰੀਆਂ ਮਿਲਣ ਕਿ ਨਾ ਮਿਲਣ, ਜਾਂ GDP -23% ਜਾ ਰਹੀ ਆ, ਕੋਈ ਇਹਦੀ ਗੱਲ ਨਹੀਂ ਕਰਦਾ। ਉਹ ਸਿਰਫ ਗੱਲ ਕਰੂਗਾ ਸੁਸ਼ਾਂਤ ਸਿੰਘ ਰਾਜਪੂਤ, ਰੀਆ ਚੱਕਰਵਰਤੀ, ਵੀ ਅਸੀਂ ਉਹਨਾਂ ਤੋਂ ਕੀ ਲੈਣਾ ਯਾਰ। ਠੀਕ ਆ, ਕੋਈ ਬੰਦਾ ਮਰ ਗਿਆ, ਤੁਸੀਂ ਇੱਕ ਵੱਖਰੇ ਤੌਰ 'ਤੇ ਉਹਦੀ ਕੋਈ ਜਾਂਚ ਮੁਹਿੰਮ ਆਪਦਾ ਕਰੋ ਜੋ ਕਰਨਾ, ਪਰ ਉਹਨੂੰ ਨੈਸ਼ਨਲ ਮੀਡੀਆ 'ਤੇ ਇਸ ਤਰ੍ਹਾਂ ਚੱਕ ਦੇਣਾ ਅਤੇ ਇੰਨਾ ਪ੍ਰੋਪਾਗੈਂਡਾ ਕਰ ਦੇਣਾ ਵੀ ਲੋਕਾਂ ਦਾ ਧਿਆਨ ਹੀ ਹੋਰ ਪਾਸੇ ਕਰ ਦੇਣਾ। ਮੁੜ ਕੇ ਕੰਗਣਾ ਆ ਜਾਂਦੀ ਆ, ਉਹ ਕਹਿੰਦੀ ਆ ਦੇਖੋ ਭਾਰਤ ਮਾਤਾ ਕੀ ਜੈ, ਮੇਰਾ ਛੱਜਾ ਤੋੜਿਆ ਜਾ ਰਿਹਾ, ਇੱਥੇ ਕਿਸਾਨਾਂ ਦੀਆਂ ਹੱਡੀਆਂ ਤੋੜੀਆਂ ਜਾ ਰਹੀਆਂ, ਉਹਨੂੰ ਤਾਂ ਕੋਈ ਦਿਖਾਉਂਦਾ ਨਹੀਂ। ਇਹਨਾਂ ਨੇ ਨਹੀਂ ਦਿਖਾਉਣਾ, ਇਹਨਾਂ ਨੂੰ ਪਤਾ ਵੀ ਤੁਹਾਨੂੰ ਅਸਲ ਮੁੱਦੇ ਤੋਂ ਭਟਕਾਉਣਾ ਕਿਵੇਂ ਆ ਅਤੇ ਅਸਲ ਮੁੱਦੇ ਤੋਂ ਦੂਰ ਕਿਵੇਂ ਲਿਜਾਣਾ। ਹੁਣ ਇਹ ਗੱਲ ਜਿਹੜੀ ਸਾਜਿਸ਼ ਆ, ਜਾਂ ਇੱਕ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਆ ਕੰਟਰੋਵਰਸੀ ਥਿਊਰੀਜ਼ ਜਾਂ ਕੌਨਸਪਰੇਸੀ ਥਿਊਰੀਜ਼, ਐਕਚੁਲੀ ਉਹ ਕੌਨਸਪਰੇਸੀ ਥਿਊਰੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਅੱਜ। ਜਿਹੜਾ ਆਰਡੀਨੈਂਸ ਆਇਆ ਕਿਸਾਨਾਂ ਨੂੰ, ਮੈਂ ਦੱਸਦਾ ਤੁਸੀਂ ਬਾਦਲ ਬੈਠੇ ਰਹੋ, ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਆ, ਤੁਸੀਂ ਪਟਿਆਲੇ ਬੈਠੇ ਰਹੋ, ਇਹਨਾਂ ਦੇ ਹੱਥ ਪੱਲੇ ਕੁਛ ਨਹੀਂ, ਇਹ ਤਾਂ ਵੈਦ ਆ। ਸਾਨੂੰ ਬਿਮਾਰੀ ਦਿੱਲੀਓਂ ਪੈਂਦੀ ਆ, ਅਸੀਂ ਵੈਦਾਂ ਤੋਂ ਕਿਵੇਂ ਲੈ ਲਾਂਗੇ ਦਵਾਈਆਂ? ਵੈਦਾਂ ਨੇ ਕੁਛ ਨਹੀਂ ਦੇਣਾ ਸਾਨੂੰ, ਸਾਨੂੰ ਕੋਈ ਸੰਘਰਸ਼ ਇਹੋ ਜਿਹਾ ਵਿੱਢਣਾ ਪੈਣਾ, ਇਹੋ ਜਿਹੀ ਕ੍ਰਾਂਤੀ ਲਿਆਉਣੀ ਪੈਣੀ ਆ ਜਿੱਥੇ ਅਸੀਂ ਸਰਕਾਰਾਂ ਲਈ ਕੋਈ ਨਾ ਕੋਈ ਮਜਬੂਰੀ ਖੜੀ ਕਰ ਦਈਏ। ਜਦੋਂ ਤੱਕ ਸਰਕਾਰ ਦਿੱਲੀ ਬੈਠੀ ਹੈ ਜਿਹੜੀ, ਉਹਦੇ ਲਈ ਕੋਈ ਮਜਬੂਰੀ ਨਹੀਂ ਖੜੀ ਕਰਾਂਗੇ, ਸਾਨੂੰ ਇਸ ਸੰਘਰਸ਼ 'ਚੋਂ ਕੁਛ ਨਹੀਂ ਮਿਲਣਾ। ਮੋਦੀ ਸਾਹਿਬ ਵੀ ਇਹ ਟਵੀਟ ਕਰ ਦਿੰਦੇ ਆ, ਪੰਜਾਬੀ 'ਚ ਮੋਦੀ ਟਵੀਟ ਕਰਦਾ ਅਤੇ ਅਸੀਂ ਖੁਸ਼ ਹੋ ਜਾਂਦੇ ਹਾਂ, ਬਾਈ ਜੀ ਇਹਨਾਂ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਮਿਲਣਾ। ਜਾਂ ਇਹ ਕਹਿ ਦਈਏ ਯਾਰ ਅੱਜ ਤਾਂ ਬੜਾ ਧਰਨੇ 'ਤੇ ਯਾਰ ਰਸ਼ ਸੀ, ਅੱਜ ਤਾਂ ਬਾਈ ਉੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ। ਇਹਨਾਂ ਗੱਲਾਂ 'ਚੋਂ ਵੀ ਕੁਛ ਨਹੀਂ ਮਿਲਣਾ। ਅਸੀਂ ਆਪਦੇ ਆਪਦੀ ਮੁੜ ਕੇ 10 ਕੁ ਦਿਨਾਂ ਬਾਅਦ ਘਰੋਂ ਘਰੀ ਹੋ ਜਾਵਾਂਗੇ। ਮੈਂ ਵੀ ਆ ਜਾਂਦਾ ਜੀ, ਮੈਂ ਲਓ ਜਿੱਥੇ ਮਰਜ਼ੀ ਬੁਲਾ ਲਓ, ਜਿੱਥੇ ਮਰਜ਼ੀ ਭੁਗਤਾ ਲਓ, ਤੁਹਾਡੇ ਨਾਲ ਖੜਾਂ। ਪਰ ਉਹਦਾ ਹੱਲ ਕੋਈ ਨਹੀਂ, ਸਾਨੂੰ ਹੱਲ ਵੱਲ ਵਧਣਾ ਪੈਣਾ ਅਤੇ ਸਾਨੂੰ ਦੇਖਣਾ ਵੀ ਪੈਣਾ ਵੀ ਅਸੀਂ ਜਿਹੜੇ ਸਰਕਾਰ ਨਾਲ, ਜਿਹੜੀ ਏਜੰਸੀਆਂ ਨਾਲ, ਤਾਂ ਜਿਹੜਾ ਕਾਰਪੋਰੇਟ ਸੈਕਟਰ ਆ ਜਿਹਨੂੰ ਮੈਂ ਕਹਿੰਦਾ ਹੁੰਦਾ ਪੂੰਜੀਵਾਦ, ਉਹਦੇ ਨਾਲ ਲੜ ਰਹੇ ਹਾਂ। ਅਸਲ ਜਾੜੇ ਵੀ ਉੱਥੇ ਪਈ ਆ, ਕਿਉਂਕਿ ਕੋਈ ਵੀ ਨੀਤੀ ਬਣਦੀ ਆ, ਕੋਈ ਵੀ ਓਬਜੈਕਟਿਵ ਹੁੰਦਾ, ਆਲਵੇਜ਼ ਰਿਮੈਂਬਰ ਦਿਸ, ਕੋਈ ਵੀ ਓਬਜੈਕਟਿਵ ਆ ਸਰਕਾਰ ਦਾ, ਇਟ ਇਜ਼ ਆਲਵੇਜ਼ ਟੂ ਅਕੋਮੋਡੇਟ ਕਾਰਪੋਰੇਟ ਸੈਕਟਰ। ਸੋ ਉਹ ਪੂੰਜੀਵਾਦ ਨੂੰ ਅਕੋਮੋਡੇਟ ਕਰਨ ਵਾਸਤੇ ਇਹਨਾਂ ਨੇ ਨੀਤੀਆਂ ਬਣਾਈਆਂ ਹੁੰਦੀਆਂ, ਕਿਉਂਕਿ ਸਰਕਾਰਾਂ ਨੂੰ ਰਨ ਹੀ ਇਹ ਕਾਰਪੋਰੇਟ ਸੈਕਟਰ ਕਰਦੇ ਆ। ਲੋ ਮੈਂ ਤੁਹਾਨੂੰ ਇਹ ਕੌਨਸਪਰੇਸੀ ਥਿਊਰੀ ਬਾਰੇ ਦੱਸ ਰਿਹਾ ਸੀ। ਇਹਨੂੰ ਪੰਜਾਬੀ 'ਚ ਕਹਿੰਦੇ ਆ ਸਾਜਿਸ਼ ਕਿਵੇਂ ਰਚੀ ਗਈ। ਸਾਜਿਸ਼ ਉਸ ਵੇਲੇ ਤੋਂ ਰਚੀ ਗਈ ਜਦੋਂ ਇਹਨਾਂ ਨੇ ਪਹਿਲਾਂ ਇੱਕ ਆਰਡੀਨੈਂਸ ਲੈ ਕੇ ਆਉਂਦਾ ਜਿਹਦੇ 'ਚ ਜਿਹੜਾ ਮਰਜ਼ੀ ਕਾਰਪੋਰੇਟ ਘਰਾਣਾ ਜਦੋਂ BJP ਨੂੰ ਜਾਂ ਕਿਸੇ ਸਰਕਾਰ ਨੂੰ ਫੰਡ ਦੇਊਗਾ
ਤੇ ਉਹਦੀ ਕੋਈ ਸਵਾਲ ਨਹੀਂ ਕੀਤਾ ਜਾਊਗਾ ਹੁਣ ਉਹਦਾ ਨਾਂ ਅਨੋਨਮਸ ਰੱਖਿਆ ਜਾਊਗਾ ਤੇ ATC ਦੇ ਅੰਡਰ ਸੈਕਸ਼ਨ ATC ਆਫ ਇਨਕਮ ਟੈਕਸ ਦੇ ਅੰਡਰ ਉਹਨੂੰ ਰਿਬੇਟ ਵੀ ਮਿਲੂਗੀ ਸਾਰੀ ਦੀ ਸਾਰੀ ਜਿਹੜੀ ਉਹਨੇ ਇਹਨਾਂ ਨੂੰ ਕੋਈ ਇਲੈਕਟ੍ਰੋਲ ਬੌਂਡਸ ਦੇ ਥਰੂ ਫੰਡ ਦਿੱਤੇ ਆ ਹੁਣ ਫੰਡ ਜਾਂਦੇ ਆ ਅੱਜ BJP ਦਾ ਜਿਹੜਾ ਤੁਸੀਂ ਇਹ ਕਹਿ ਲਓ ਸੋਸ਼ਲ ਮੀਡੀਆ ਜਾਂ ਪ੍ਰੋਪਾਗੈਂਡਾ ਪੋਲੀਟਿਕਸ ਦਾ ਜਿਹੜਾ ਉਹਨਾਂ ਦਾ ਬਜਟ ਆ ਉਹ 500 ਜਾਂ 1000 ਕਰੋੜ ਆ ਹੁਣ ਉਹਨਾਂ ਦੀ ਕੋਈ ਫੈਕਟਰੀਆਂ ਥੋੜ੍ਹੀ ਆ ਉਹਨਾਂ ਕੋਲ ਕਿੱਥੋਂ ਆਉਂਦੇ ਆ ਇਸ ਕਾਰਪੋਰੇਟ ਸੈਕਟਰ ਤੋਂ ਹੀ ਆਉਂਦੇ ਆ ਅਤੇ ਮੁੜ ਕੇ ਇਹ ਕੀ ਕਰਦੇ ਆ ਉਹਨਾਂ ਨੂੰ ਅਕੋਮੋਡੇਟ ਕਰਦੇ ਆ ਹੁਣ ਇਹਨਾਂ ਨੇ ਸਾਜਿਸ਼ ਕਿਵੇਂ ਰਚੀ ਪਹਿਲਾਂ ਉਹ ਆਰਡੀਨੈਂਸ ਆਇਆ ਜਿੱਥੇ ਜਿਹੜੇ ਫੰਡਸ ਮਿਲਣਗੇ ਉਹ ਦੱਸਿਆ ਨਹੀਂ ਜਾਊਗਾ ਕਿੱਥੋਂ ਆਏ ਆ ਕੌਣ ਦੇ ਰਿਹਾ ਅਤੇ ਉਹ ਜਿਹੜਾ ਬੰਦਾ ਦੇ ਰਿਹਾ ਉਹਨੂੰ ਇਨਕਮ ਟੈਕਸ 'ਚ ਰਿਬੇਟ ਵੀ ਦੇਣਗੇ ਅਤੇ ਉਸ ਇਨਕਮ ਨੂੰ ਐਗਜ਼ੈਂਪਟ ਵੀ ਕਰਨਗੇ ਮਤਲਬ ਉਹਨੂੰ ਸਾਰੇ ਫਾਇਦੇ ਦੇਣਗੇ ਔਰ ਦੱਸਣ ਦੀ ਵੀ ਕੋਈ ਲੋੜ ਨਹੀਂ ਇਸ ਗੱਲ 'ਤੇ ਉਸ ਵੇਲੇ ਬਹੁਤ ਵਿਰੋਧ ਹੋਇਆ ਪਰ ਉਹਨੂੰ ਦੱਬਿਆ ਗਿਆ ਕੋਈ ਹੋਰ ਬਿਰਤਾਂਤ ਰਚ ਦਿੱਤਾ ਜਾਂਦਾ ਕਦੇ ਇਹ ਬਿਰਤਾਂਤ ਰਚਦੇ ਆ ਡੀਮੋਨੀਟਾਈਜੇਸ਼ਨ ਕਰ ਦਿਉ ਉਹ ਵੀ ਇਹਨਾਂ ਕਾਰਪੋਰੇਟਾਂ 'ਤੇ ਕੀਤੀ ਗਈ ਕਿਉਂਕਿ ਬੈਂਕਸ ਕੋਲ ਫੰਡ ਹੈ ਨਹੀਂ ਸੀ ਕਾਰਪੋਰੇਟਸ ਨੂੰ ਫੰਡ ਦੇਣੇ ਸੀ ਲੋਨ ਦੇਣੇ ਸੀ ਬੈਂਕਸ ਕੋਲ ਫੰਡ ਵਾਪਸ ਕਿਵੇਂ ਆਉਣਗੇ ਚੱਕੋ ਡੀਮੋਨੀਟਾਈਜੇਸ਼ਨ ਅੱਛਾ ਅਗਲੀ ਗੱਲ ਡਿਫੈਂਸ ਬਜਟ ਕਿਉਂ ਵਧਾਇਆ ਜਾਂਦਾ ਇਹਦਾ ਵੀ ਕਾਰਪੋਰੇਟਸ ਨੂੰ ਅਕੋਮੋਡੇਟ ਕਰਨ ਵਾਸਤੇ ਗਵਰਨਮੈਂਟ ਡਿਫੈਂਸ ਬਜਟ ਵਧਾਉਂਦੀ ਆ ਹੁਣ ਅੱਜ ਮੈਂ ਇੱਥੇ ਕਿਉਂ ਬੈਠਾ ਜਾਂ ਅਸੀਂ ਕਿਸਾਨੀ ਦੀ ਗੱਲ ਕਰ ਰਹੇ ਹਾਂ ਤਵੀਆਂ 'ਤੇ ਬੈਠੇ ਹਾਂ ਖੇਤ 'ਚ ਬੈਠੇ ਹਾਂ ਮੈਂ ਇਹ ਕਹਿੰਦਾ ਵੀ ਆਹ ਸਾਡੀ ਮਿੱਟੀ ਨਾਲ ਬਾਈ ਜੀ ਸਾਡੀ ਹੋਂਦ ਜੁੜੀ ਆ ਅਤੇ ਜਿੱਦਾਂ ਇਹ ਸਾਡੇ ਨਾਲੋਂ ਤੋੜਤੀ ਨਾ ਪੰਜਾਬ 'ਤੇ ਅਸੀਂ ਖਤਮ ਹੋ ਜਾਵਾਂਗੇ ਸਾਡੀ ਹੋਂਦ ਨੂੰ ਨਹੀਂ ਕਲਪ ਸਕਦੇ ਮੁੜ ਕੇ ਅਗਲੀ ਗੱਲ ਕੌਨਸਪਰੇਸੀ ਥਿਊਰੀ ਦੀ ਹੁਣ 22 ਮਾਰਚ ਨੂੰ ਇਹਨਾਂ ਨੇ ਲੋਕਡਾਊਨ ਅਨਾਊਂਸ ਕੀਤਾ ਇਹਨਾਂ ਨੂੰ ਪਤਾ ਸੀ ਵੀ ਰਾਤੋ ਰਾਤ 8 ਕਰੋੜ ਲੇਬਰ ਜਾਂ ਮਾਈਗ੍ਰੈਂਟਸ ਉਹ ਹੋਮਲੈਸ ਹੋ ਜਾਣਗੇ ਉਹ ਘਰੋਂ ਬਾਹਰ ਹੋ ਜਾਣਗੇ ਜਿੱਥੇ ਜਿੱਥੇ ਆਪਦੇ ਕੰਮ ਕਰਦੇ ਆ ਉਹ ਜੋਬਸ ਤੋਂ ਨਿਕਲ ਜਾਣਗੇ ਅਤੇ ਆਪਦੇ ਦੇਸ਼ਾਂ ਵੱਲ ਆਪਦੇ ਸਟੇਟਸ ਵੱਲ ਬਿਹਾਰ UP ਦੀ ਲੇਬਰ ਜਿਵੇਂ ਗਈ ਆ ਉੱਧਰ ਨੂੰ ਚਾਲਾ ਪਾਉਣਗੇ ਤੁਹਾਨੂੰ ਕੀ ਲੱਗਦਾ ਇਹ ਰੇਲਾਂ ਨਹੀਂ ਚਲਾ ਸਕਦੇ ਸੀ ਕਿ ਹਵਾਈ ਜਹਾਜ਼ ਨਹੀਂ ਚਲਾ ਸਕਦੇ ਸੀ ਉਹਨਾਂ ਨੂੰ ਭੇਜਣ ਵਾਸਤੇ ਚਲਾ ਸਕਦੇ ਸੀ ਪਰ ਨਹੀਂ ਚਲਾਏ ਗਏ ਕਿਉਂ ਨਹੀਂ ਚਲਾਏ ਗਏ ਕਿਉਂਕਿ ਇਹ ਚਾਹੁੰਦੇ ਸੀ ਵੀ ਉਹ ਪੂਰੀ ਲੇਬਰ ਜਿਹੜੀ ਜਾਵੇ ਉਹ ਪੂਰੀ ਹਾਰਡਸ਼ਿਪ ਮਤਲਬ ਸਖਤ ਜਿਹੜੀਆਂ ਉਹਨਾਂ 'ਤੇ ਕੋਈ ਗੱਲਾਂ ਵੀ ਉਹਨਾਂ 'ਤੇ ਡੰਡੇ ਵੀ ਮਾਰੋ ਅਤੇ ਉਹਨਾਂ ਨੂੰ ਐਂ ਭੇਜੋ ਵੀ ਅਤੇ ਜ਼ੁਲਮ ਵੀ ਕਰੋ ਉਹਨਾਂ 'ਤੇ ਉਹ ਸਾਰੇ ਜਿਹੜੇ ਸਰਕਮਸਟਾਂਸਿਸ ਫੇਸ ਕਰਕੇ ਆਪਦੇ ਘਰੋਂ ਘਰੀ ਜਾਵੇ ਅਤੇ ਇਸ ਕਰਕੇ ਵੀ ਮੁੜ ਕੇ ਆਉਣ ਦਾ ਨਾਂ ਨਾ ਲਵੇ ਹੁਣ ਕਿਉਂ ਉੱਥੇ ਗਈ ਆ ਕਿਉਂਕਿ ਜਦੋਂ ਕਾਰਪੋਰੇਟਸ ਨੂੰ ਖੇਤੀਬਾੜੀ ਆਰਡੀਨੈਂਸ ਲਿਆ ਕੇ ਅਕੋਮੋਡੇਟ ਕਰਨਾ ਪਹਿਲਾਂ ਉਹਨਾਂ ਲਈ ਮੰਡੀ ਵੀ ਕ੍ਰੀਏਟ ਕਰਨੀ ਹੈ ਤਾਂ UP ਬਿਹਾਰ ਜਾਂ ਹੋਰ ਜਿਹੜੀਆਂ ਸਟੇਟਾਂ ਤੋਂ ਜਿੱਥੋਂ ਲੇਬਰ ਆਈ ਸੀ ਜਿੱਥੇ ਖੇਤੀ ਉਸ ਤਰ੍ਹਾਂ ਨਹੀਂ ਹੁੰਦੀ ਜਿਵੇਂ ਪੰਜਾਬ 'ਚ ਹੁੰਦੀ ਆ ਸਾਡੇ ਜਾਂ ਹਰਿਆਣੇ 'ਚ ਹੁੰਦੀ ਆ ਤਾਂ ਉਹਨਾਂ ਲੇਬਰ ਨੂੰ ਉੱਥੇ ਭੇਜਿਆ ਗਿਆ ਵਾਪਸ ਆਪਦੇ ਘਰ ਜਿੱਥੇ ਇਹਨਾਂ ਨੂੰ ਪਤਾ ਵੀ ਉਹਨਾਂ ਕੋਲ ਹੋਰ ਕੋਈ ਢੰਗ ਰਹਿਣਾ ਨਹੀਂ ਕਮਾਈ ਦਾ ਸਿਰਫ ਉਹ ਰਹਿਣਗੇ ਖੇਤੀਬਾੜੀ 'ਤੇ ਨਿਰਭਰ ਹੁਣ ਉੱਥੇ ਅਗਲੀ ਗੱਲ ਸੁਣ ਲਿਓ ਉੱਥੇ ਜਾਣਗੇ ਇਹ ਕਾਰਪੋਰੇਟ ਹਾਊਸਿਸ ਡੀਮਾਰਟ ਹੋ ਗਿਆ ਆਹ ਬ੍ਰਿਟੈਨੀਆ ਹੋ ਗਿਆ ਰਿਲਾਇੰਸ ਫਰੈਸ਼ ਹੋ ਗਿਆ ਅਦਾਨੀ ਦੇ ਜਿਹੜੇ ਮਰਜ਼ੀ ਇਹਦੇ 'ਚ ਹੋ ਗਏ ਇਹ ਜਾਣਗੇ ਉੱਥੇ ਗੋਦਰੇਜ ਹੋ ਗਿਆ ਹੈ ਨਾ ਇਹਨਾਂ ਨੇ ਉਸ ਲੇਬਰ ਨੂੰ ਜਾ ਕੇ ਐਕਸਪਲੋਇਟ ਕਰਨਾ ਇਹਨਾਂ ਨੇ ਉਹਨਾਂ 'ਤੇ ਧੱਕੇ ਕਰਨੇ ਆ ਵੀ ਤੁਸੀਂ ਐਂ ਕਰੋ ਤੁਸੀਂ ਇੱਥੇ ਹੀ ਖੇਤੀ ਕਰੋ ਅਸੀਂ ਤੁਹਾਨੂੰ ਦਿੰਦੇ ਹਾਂ ਪੈਸੇ ਪੈਸੇ ਕਿਹੜੇ ਦੇਣੇ ਆ ਐਕਸਪਲੋਇਟ ਕਰਨਾ ਉਹਨਾਂ ਤੋਂ ਸਲੇਵਰੀ ਕਰਾਉਣੀ ਆ ਉਹਨਾਂ ਤੋਂ ਸਲੇਵਰੀ ਕਰਾ ਕੇ ਉੱਥੇ ਜੋ ਚਾਹੁਣਗੇ ਪੈਦਾ ਕਰਾਉਣਗੇ ਹੁਣ ਮੰਨ ਲਓ ਇੱਕ ਤਾਂ ਜਿਹੜੀ ਕਣਕ ਆ ਉਹ ਬਿਹਾਰ 'ਚ ਪੈਦਾ ਹੋ ਰਹੀ ਹੈ ਅਤੇ ਅਸੀਂ ਪੈਦਾ ਕਰ ਰਹੇ ਹਾਂ ਪੰਜਾਬ 'ਚ ਪਹਿਲੀ ਗੱਲ ਤਾਂ ਸਾਡੇ ਕੋਲ ਲੇਬਰ ਨਹੀਂ ਹੋਣੀ ਇੱਥੇ ਲੇਬਰ ਨਹੀਂ ਹੋਣੀ ਤਾਂ ਪ੍ਰੋਡਕਟ ਕੋਸਟ ਵਧੂਗੀ ਫਸਲ ਪੈਦਾ ਕਰਨ ਦੀ ਪਹਿਲਾਂ ਹੀ ਬਥੇਰੀ ਆ ਸਾਡੀ ਕੋਸਟ ਇਨਪੁੱਟ ਕੋਸਟ ਆ ਜਿਹੜੀ ਖੇਤੀ ਦੀ ਉਹ ਵਧੂਗੀ ਉਹਨਾਂ ਦੀ ਇਨਪੁੱਟ ਕੋਸਟ ਉੱਥੇ ਘੱਟ ਹੋਊਗੀ ਕਿਉਂਕਿ ਉਹਨਾਂ ਨੇ ਉਹ ਲੇਬਰ ਨੂੰ ਐਕਸਪਲੋਇਟ ਕਰਕੇ ਘੱਟ ਪੈਸਿਆਂ 'ਤੇ ਘਰੇ ਬਹਿ ਕੇ ਪੈਸੇ ਦੇਣੇ ਆ ਅਗਲਿਆਂ ਕੋਲ ਤਾਂ ਉਹ ਕੰਮ ਹੈ ਨਹੀਂ ਸੀ ਹੁਣ ਕੰਮ ਮਿਲਦਾ ਤਾਂ ਉੱਥੇ ਰਹਿ ਕੇ ਕੰਮ ਕਰਨਗੇ ਉਹ ਅੱਛਾ ਇਸ ਨਾਲ ਕੀ ਹੋਊ ਪੰਜਾਬ ਦਾ ਜਿਹੜਾ ਕਿਸਾਨੀ ਆ ਜਾਂ ਪੰਜਾਬ ਦਾ ਜਿਹੜਾ ਐਗਰੀਕਲਚਰ ਆਪਣਾ ਇੱਕ ਸਿਸਟਮ ਆ ਐਗਰੇਰੀਅਨ ਸੁਸਾਇਟੀ ਆ ਉੱਥੇ ਸਾਡੀ ਕੋਸਟ ਵਧੀ ਤਾਂ ਫਸਲਾਂ ਦੇ ਮੁੱਲ ਵਧਣਗੇ ਉਹਨਾਂ ਦੀਆਂ ਫਸਲਾਂ ਦੇ ਮੁੱਲ ਹੋਣਗੇ ਘੱਟ ਬਾਈ ਜੀ ਇਸ ਕਰਕੇ ਉਸ ਕੰਪੀਟੀਸ਼ਨ 'ਚ ਆ ਕੇ ਸਾਨੂੰ ਆਪਦੇ ਮੁੱਲ ਵੀ ਥੱਲੇ ਸਿੱਟਣੇ ਪੈਣੇ ਆ ਜਦੋਂ ਅਸੀਂ ਘੱਟ ਮੁੱਲਾਂ 'ਤੇ ਫਸਲਾਂ ਵੇਚੀਆਂ ਤਾਂ ਸਾਡੇ ਹੱਥਾਂ 'ਚ ਤਾਂ ਕੁਛ ਰਹਿ ਹੀ ਨਹੀਂ ਜਾਣਾ ਨਾ ਅਸੀਂ ਜੇ ਸੋਚਦੇ ਹਾਂ ਵੀ ਹੁਣ ਕਿਸਾਨੀ ਤੋਂ ਮੁਨਾਫਾ ਹੋਜੂ ਸਾਨੂੰ ਕੋਈ ਮੁਨਾਫਾ ਨਹੀਂ ਹੋਣਾ ਜੇ ਅੱਜ 1900 ਰੁਪਈਏ ਜਿਹੜੀ ਤੁਸੀਂ ਕਹਿ ਲਓ MSP ਆ ਆਪਾਂ ਨੂੰ ਕਣਕ ਦੀ ਪਰ ਕੁਇੰਟਲ ਅਤੇ ਉਹ 1900 ਉਹਨਾਂ ਨੇ ਵੇਚਣਾ 1500
ਹੁਣ ਤੁਹਾਨੂੰ ਕੰਪੀਟੀਸ਼ਨ ਪ੍ਰਾਈਸ ਦੇਣੀ ਪੈਣੀ ਆ, ਤੁਹਾਨੂੰ 1500 ਹੀ ਵੇਚਣੀ ਪੈਣੀ ਆ। ਇਸ ਚੱਕਰ 'ਚ ਪੰਜਾਬ ਦੀ ਜਿਹੜੀ ਇਕਨੋਮੀ ਆ ਉਹਨੇ ਹੋਰ ਡਿੱਗ ਪੈਣਾ, ਪੰਜਾਬ ਦੀ ਪਰ ਕੈਪੀਟਾ ਇਨਕਮ ਹੋਰ ਡਿੱਗ ਪੈਣੀ ਆ। ਸੋ ਇਸ ਨਾਲ ਕੀ ਹੋਊ, ਹੁਣ ਸਾਡੀਆਂ ਜ਼ਮੀਨਾਂ ਸਸਤੀਆਂ ਹੋਣਗੀਆਂ, ਹੋਰ 5-10 ਸਾਲਾਂ ਨੂੰ ਜ਼ਮੀਨਾਂ ਸਸਤੀਆਂ ਹੋਣਗੀਆਂ, ਅਤੇ ਉਹ ਕਾਰਪੋਰੇਟ ਘਰਾਣੇ ਜਿਹੜੇ ਬੈਠੇ ਆ ਵੱਡੇ ਵੱਡੇ, ਉਹਨਾਂ ਨੇ ਆ ਕੇ ਇੱਥੇ ਜ਼ਮੀਨਾਂ ਵੀ ਖਰੀਦਣੀਆਂ, ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ ਵੀ ਤੋੜਨਾ। ਮੈਂ ਜੇ ਕਹਿੰਦਾ ਹੋਂਦ ਦੀ ਲੜਾਈ ਆ, ਜੇ ਸਾਡੇ ਕੋਲੋਂ ਸਾਡੇ ਕਿਸਾਨਾਂ ਕੋਲੋਂ ਆ ਸਾਡੇ ਹੱਥੋਂ ਨਿਕਲ ਗਈ ਨਾ, ਜਿਹਨੂੰ ਅਸੀਂ ਮਾਂ ਕਹਿੰਦੇ ਹਾਂ ਆਪਦੀ ਧਰਤੀ ਨੂੰ, ਬਾਈ ਜੀ ਹੋਂਦ ਤਾਂ ਭੁੱਲ ਜਾਓ, ਤੁਹਾਨੂੰ ਤੁਹਾਡੀ ਧਰਤੀ ਤੋਂ ਦੇਸ਼ ਨਿਕਾਲਾ ਮਿਲ ਜੂ। ਹੁਣ ਮੇਰੇ 'ਤੇ ਜਿਹੜੇ ਬੰਦੇ ਸਵਾਲ ਕਰਦੇ ਆ ਨਾ ਵੀ ਇਹ ਸਨੀ ਦਿਓਲ ਦੇ ਨਾਲ ਸੀ, ਬੀਜੇਪੀ ਦੇ ਅਗੇਂਸਟ ਬੋਲਦਾ, ਹੀ ਇਜ਼ ਅ ਬਲੈਕ ਸ਼ੀਪ, ਇਹ ਤਾਂ ਪਲਾਂਟ ਕੀਤਾ ਹੋਇਆ। ਲੈ ਮੈਂ ਇਹ ਕਹਿੰਦਾ ਮੇਰੇ ਆ 50-50 ਸਾਲ ਹੋ ਗਏ ਤੁਹਾਡੇ ਨਾਲ ਜਿਹੜੇ ਲੀਡਰ ਖੜ੍ਹੇ ਆ, ਹਰ ਬੰਦੇ ਨੇ ਗਦਾਰੀ ਕੀਤੀ ਆ, ਅਤੇ ਜੇ ਮੈਂ ਗਦਾਰੀ ਕਰ ਜਾਂ, ਮੈਨੂੰ ਦੇਸ਼ ਨਿਕਾਲਾ ਦੇ ਦਿਓ, ਪੰਜਾਬ ਨਿਕਾਲਾ ਦੇ ਦਿਓ, ਮੁੜ ਕੇ ਨਹੀਂ ਮੈਂ ਮੂੰਹ ਦਿਖਾਉਂਦਾ। ਮੈਂ ਕੋਈ ਇਲੈਕਸ਼ਨ ਨਹੀਂ ਲੜਨੇ, ਮੈਂ ਤਾਂ ਉਹਦੇ ਲੋਕਾਂ ਲਈ ਲੜਨਾ ਆ, ਅਤੇ ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ, ਬੈਠ ਕੇ ਸਾਨੂੰ ਢੰਗ ਲੱਭਣਾ ਪਊਗਾ, ਕੋਈ ਨਾ ਕੋਈ ਪੋਲੀਟੀਕਲ ਮਜਬੂਰੀ ਖੜੀ ਕਰਨੀ ਪਊਗੀ। ਜਦੋਂ ਤੱਕ ਅਸੀਂ ਇਹਨਾਂ ਦੀ ਮਜਬੂਰੀ ਨਹੀਂ ਖੜੀ ਕਰਦੇ, ਇਹ ਸਾਡੇ 'ਤੇ ਜ਼ੁਲਮ ਕਰਦੇ ਰਹਿਣਗੇ, ਸਾਡਾ ਸ਼ੋਸ਼ਣ ਕਰਦੇ ਰਹਿਣਗੇ, ਅਤੇ ਅਸਲ ਚੀਜ਼ ਨੂੰ ਦੱਬ ਕੇ ਆਹ ਸੁਸ਼ਾਂਤ ਸਿੰਘ, ਕੰਗਣਾ ਅਤੇ ਚਾਈਨਾ ਇਹੋ ਜਿਹੇ ਮੁੱਦੇ ਚੱਕ ਕੇ ਸਾਡੇ ਯੂਥ ਨੂੰ, ਸਾਡੀ ਨੌਜਵਾਨੀ ਨੂੰ ਵੀ ਫੜੀ ਰੱਖਣਗੇ। ਤਾਂ ਗੱਲ ਸਾਡੇ ਗ੍ਰੰਥਾਂ 'ਤੇ ਆ, ਅੱਜ ਗੱਲ ਸਾਡੀ ਕਿਸਾਨੀ 'ਤੇ ਆ। ਹੁਣ ਇਸੇ ਚੱਕਰ 'ਚ ਆਪਾਂ ਇਹ ਕਹਿੰਦੇ ਹਾਂ ਵੀ ਕਿਉਂ ਨਹੀਂ ਵਿਰੋਧ ਹੋ ਰਿਹਾ ਇਹਦਾ, ਆਲ ਇੰਡੀਆ ਲੈਵਲ 'ਤੇ ਬਿਹਾਰ, ਯੂਪੀ, MP, ਰਾਜਸਥਾਨ, ਇੱਥੇ ਕਿਉਂ ਨਹੀਂ ਵਿਰੋਧ ਹੋ ਰਿਹਾ? ਬਾਈ ਜੀ ਉੱਥੇ ਵਿਰੋਧ ਹੋ ਹੀ ਨਹੀਂ ਸਕਦਾ। ਪੈਸੇ ਤਾਂ ਅੱਜ ਸਾਡੀ ਜਿਹੜੀ ਕਿਸਾਨੀ ਆ, ਸਾਨੂੰ ਸਾਡੇ ਕੋਲ ਰਿਸੋਰਸਿਸ ਵੀ ਆ ਸਿੰਜਾਈ ਦੇ, ਸਾਡੇ ਕੋਲ ਪਾਣੀ ਵੀ ਆ, ਸਾਡੇ ਕੋਲ ਮਸ਼ੀਨਾਂ ਵੀ ਆ, ਸਾਡੇ ਕੋਲ ਲੇਬਰ ਵੀ ਹੁੰਦੀ ਸੀ। ਤਾਂ ਸਾਡੀ ਕਿਸਾਨੀ ਦਾ ਇੱਕ ਲੈਵਲ ਆ, ਉਹ ਲੈਵਲ ਨਹੀਂ ਰਹਿਣਾ, ਅਸੀਂ ਇਹਨਾਂ ਦੇ ਗੁਲਾਮ ਬਣ ਜਾਂਗੇ, ਸਲੇਬ ਬਣ ਜਾਂਗੇ, ਇਹਨਾਂ ਦੇ ਥੱਲੇ ਲੱਗ ਕੇ ਜਿਵੇਂ ਕਰਨਗੇ ਉਵੇਂ ਕੰਮ ਕਰਾਈ ਜਾਣਗੇ। ਇੱਕ ਗੱਲ ਹੋਰ ਯਾਦ ਰੱਖਿਓ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਸੀਂ ਲੜ ਕਿਹਦੇ ਨਾਲ ਰਹੇ ਹੋ, ਸੰਘਰਸ਼ ਕਿਹਦੇ ਖਿਲਾਫ਼ ਕਰ ਰਹੇ ਹੋ। ਜੇ ਅਸੀਂ ਉਹਨਾਂ ਨੂੰ ਕਹਾਂਗੇ MSP ਹੈ ਨਹੀਂ, ਕਹਿਣਗੇ ਚੱਕੋ MSP, APMCs ਹੈ ਨਹੀਂ ਜਿੱਥੇ ਜਾ ਕੇ ਅਸੀਂ ਫਸਲਾਂ ਵੇਚਦੇ ਸੀ, ਕਿਉਂਕਿ ਆਰਡੀਨੈਂਸ 'ਚ ਸਭ ਤੋਂ ਵੱਡੀ ਖਰਾਬੀ ਆ, ਉੱਥੇ ਮਾਰਕੀਟ ਦੀ ਜਾਂ ਮੰਡੀ ਦੀ ਡੈਫੀਨੇਸ਼ਨ ਹੀ ਨਹੀਂ ਆ। ਜੇ ਸਾਰੇ ਦੇਸ਼ ਨੂੰ ਮੰਡੀ ਕਹੀ ਜਾਂਦੀ ਆ, ਉਹ ਡੈਫੀਨੇਸ਼ਨ ਹੀ ਨਹੀਂ ਆ ਕੋਈ। ਤਾਂ ਜੇ ਸਾਡੇ ਕੋਲ ਮੰਡੀ ਨਹੀਂ ਆ, ਤਾਂ ਸਾਡੇ ਕੋਲ MSP ਨਹੀਂ ਆ। MSP ਜੇ ਹੋਵੇ ਵੀ, ਪਹਿਲਾਂ ਤਾਂ ਹੋਰ 6 ਮਹੀਨੇ ਸਾਲ ਬਾਅਦ MSP ਵੀ ਇਹ ਲੈ ਲੈਣਗੇ ਤੁਹਾਡੇ ਤੋਂ। ਜੇ ਹੋਵੇ ਵੀ, ਬਾਈ ਜੀ ਇੱਕ ਪਾਸੇ ਤਾਂ ਕਾਰਪੋਰੇਟ ਬੈਠਾ, ਇੱਕ ਪਾਸੇ ਵੱਡਾ ਵਪਾਰੀ ਬੈਠਾ, ਉਹਨੇ ਸਾਨੂੰ ਕਹਿਣਾ ਲਿਆ ਬਈ ਫਲਾਨਾ ਸਿਆਂ ਸੈੱਟ ਆਫ ਦੀ ਫਸਲ ਇੱਥੇ, ਮੈਂ ਦਿੰਦਾ ਤੈਨੂੰ ਨਕਦ ਪੈਸੇ, ਅਤੇ ਮੈਂ ਜਿਹੜਾ 8.5% ਆੜ੍ਹਤੀਏ ਨੂੰ ਤੂੰ ਦੇਣਾ ਵਿੱਚੋਂ, ਉਹ ਵੀ ਨਹੀਂ ਲੈਂਦਾ ਤੇਰੇ ਤੋਂ। ਅਤੇ ਆਪਣਾ ਤਾਂ ਕਿਸਾਨ ਪਹਿਲਾਂ ਜਿੱਦੇ ਫਸਲ ਆਪਾਂ ਕਣਕ ਨਿਕਲਦੀ ਆ, ਅਗਲੇ ਦਿਨ ਵੇਚਣ ਨੂੰ ਤਿਆਰ ਹੁੰਦੇ ਆ, ਸਾਡੇ ਤਾਂ ਖਰਚੇ ਖੜ੍ਹੇ ਹੁੰਦੇ ਆ, ਅਸੀਂ ਕਿੱਥੋਂ ਭੰਡਾਰ ਰੱਖ ਲਾਂਗੇ ਉਹਨਾਂ ਦੇ। ਇਹਨਾਂ ਨੇ ਨਾਲ ਅਸੈਂਸ਼ੀਅਲ ਕਮੋਡਿਟੀ ਐਕਟ ਵੀ ਸੋਧ ਕੀਤੀ ਵੀ ਜਿੰਨਾ ਮਰਜ਼ੀ ਸਟੋਰ ਕਰੋ, ਕਿਸਾਨ ਨਹੀਂ ਸਟੋਰ ਕਰ ਸਕਦਾ, ਵਪਾਰੀ ਹੀ ਕਰ ਸਕਦਾ ਸਟੋਰ, ਇਹ ਵੀ ਸਮਝਣ ਦੀ ਜ਼ਰੂਰਤ ਆ। ਹੁਣ ਅਗਲਾ ਫਲਾਨਾ ਸਿਆਂ ਕਹੂਗਾ ਯਾਰ ਮੈਨੂੰ ਮਿਲਦੇ ਆ ਅੱਜ ਪੈਸੇ, ਉਹ ਵੀ ਨਕਦ, ਅੱਛਾ ਫਿਰ ਮੈਨੂੰ ਆੜ੍ਹਤੀ ਇਹਦੇ ਵੀ ਨਹੀਂ ਦੇਣੇ ਪੈਂਦੇ, ਸਿੱਟੋ ਵਪਾਰੀ ਦੇ। ਹੁਣ ਵਪਾਰੀ ਨੇ ਕਹਿਣਾ ਵੀ ਇੱਕ ਗੱਲ ਆ, ਤੈਨੂੰ MSP ਤੋਂ 100 ਰੁਪਇਆ ਘੱਟ ਵੇਚਣੀ ਪਊਗਾ, ਆਪਾਂ ਕਹਾਂਗੇ ਆਹ ਚੱਕ ਯਾਰ ਸਾਨੂੰ ਤਾਂ ਜ਼ਰੂਰਤ ਆ। ਇਸ ਚੱਕਰ 'ਚ ਉਹ MSP ਦਾ ਅਤੇ ਉਸ APMC ਦਾ ਉਹਦਾ ਕੋਈ ਫਾਇਦਾ ਨਹੀਂ ਰਿਹਾ ਸਾਨੂੰ, ਉਸ ਮੰਡੀ ਦਾ ਕੋਈ ਫਾਇਦਾ ਨਹੀਂ ਰਿਹਾ। ਹੌਲੀ ਹੌਲੀ ਇਹ ਜਿਹੜੀ ਵਪਾਰੀ ਕਲਚਰ ਆ ਜਾਂ ਪੂੰਜੀਵਾਦ ਆ, ਇਹਨੇ ਸਾਡੇ 'ਤੇ ਹਾਵੀ ਹੋ ਜਾਣਾ, ਕਿਸਾਨੀ 'ਤੇ ਹਾਵੀ ਹੋ ਜਾਣਾ। ਅਤੇ ਪੂੰਜੀਵਾਦ ਨੇ ਤਾਂ ਮੁਨਾਫਾ ਦੇਖਣਾ, ਲੋਕ ਭਲਾਈ ਨਹੀਂ ਦੇਖਣੀ। ਸਰਕਾਰਾਂ ਲੋਕ ਭਲਾਈ 'ਤੇ ਕੰਮ ਕਰਦੀਆਂ ਹੀ ਨਹੀਂ, ਸਮਝ ਲਓ ਇਹ। ਅਤੇ ਜੇ ਅਸੀਂ ਇਕੱਠੇ ਹੋ ਕੇ ਲੋਕ ਲਹਿਰ ਪੈਦਾ ਕਰ ਗਏ, ਫਿਰ ਹੀ ਗੱਲ ਚੱਲਦੀ ਆ। ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਅੱਜ ਮੈਂ ਕਰਨੀਆਂ ਸੀ। ਇੱਕ ਗੱਲ, ਇੱਕ ਨਾ ਆਹ ਟਰੈਕਟਰ ਲੰਘ ਜਾਣ ਦੀ ਏ ਆਵਾਜ਼ ਜੀ ਵਿੱਚ ਆਉਂਦੀ ਆ, ਫਿਰ ਕਰਦੇ ਹਾਂ ਗੱਲ। ਇੱਕ ਜਰਮਨ ਮਿਨਿਸਟਰ ਸੀ ਹਿਟਲਰ ਦੀ ਗਵਰਨਮੈਂਟ 'ਚ, ਜੋਸਫ ਗਲੋਪ, ਉਹਨੇ ਇੱਕ ਗੱਲ ਕਹੀ ਸੀ ਅੰਗਰੇਜ਼ੀ 'ਚ, ਮੈਂ ਉਹਦਾ ਤਰਜਮਾ ਵੀ ਕਰ ਦੂੰਗਾ। ਅ ਲਾਈਟ 100 ਵਾਰੀ ਬੋਲਿਆ ਜਾਂਦਾ ਤਾਂ ਉਹ ਸੱਚ ਹੋ ਜਾਂਦਾ, ਅਤੇ ਜਿਹੜੀ ਪ੍ਰੋਪਗੈਂਡਾ ਪੋਲੀਟਿਕਸ ਹੈ ਨਾ ਅੱਜ ਦੀ, ਉਹ ਇਹੀ ਆ ਵੀ 100 ਵਾਰੀ ਝੂਠ ਬੋਲਦੇ ਆ, ਸਾਨੂੰ ਲੱਗਣ ਲੱਗ ਜਾਂਦਾ, ਸਾਡਾ ਨੋਸ਼ਨ ਅਤੇ ਧਾਰਨਾਵਾਂ ਇਹ ਬਣ ਜਾਂਦੀਆਂ ਵੀ ਇਹ ਤਾਂ ਸੱਚ ਗੱਲ ਕਰੀ ਜਾਂਦੇ ਆ। ਸੋ ਸਾਨੂੰ ਇਕੱਠੇ ਹੋ ਕੇ ਇਹ ਸੰਘਰਸ਼ ਵਿੱਢਣ ਦੀ ਜ਼ਰੂਰਤ ਆ, ਸਾਨੂੰ ਸਾਡੀ ਹੋਂਦ ਲਈ ਲੜਨਾ ਪਊਗਾ, ਸਾਡੀ ਹੋਂਦ
ਸਾਡੀਆਂ ਗ੍ਰੰਥਾਂ ਨਾਲ ਜੁੜੀ ਆ, ਸਾਡੇ ਫਲਸਫਿਆਂ ਨਾਲ ਜੁੜੀ ਆ, ਸਾਡੀ ਮਿੱਟੀ ਨਾਲ ਜੁੜੀ ਆ। ਇਹ ਧਿਆਨ 'ਚ ਰੱਖਿਓ ਆਪਦੇ ਬਾਈ, ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਹਮੇਸ਼ਾ। ਆਈ ਐਮ ਆਲਵੇਜ਼ ਦੇਅਰ ਵਿਦ ਯੂ, ਆਲਵੇਜ਼। I've come here to fight for my people. I've come here to fight for my land. And I will never betray you guys. And that's a promise. Mere vallo bahut sara pyar satkar ek kari phir. Sat Sri Akaal.